ਮੈਨੂੰ ਉਹ ਦਿਨ ਯਾਦ ਹੈ ਵੀ ਮੈਂ ਜੋ ਪਾਕਿਸਤਾਨ ਚੋਂ ਆਇਆ ਮੇਰੇ ਬਾਪ ਚਾਰ ਚੁਕਾਉਂਦਾ ਜੀ ਸਾਡੇ ਵਾਲ ਬੈਠੇ ਨੇ ਭਾਈ ਸਾਹਿਬ ਇਹਨਾਂ ਦੇ ਬੱਚਾ ਜੀ ਹੁੰਦੀ ਮੈਂ ਤਾਂ ਨਾਲ ਨਾਲ ਪਲੇਟਾਂ ਮਾਂਜਦਾ ਹੁੰਦਾ ਜੀ ਅਤੇ ਮੈਨੂੰ ਖੁਸ਼ੀ ਹੈ ਉਹ 2 ਸਾਲ ਆਇਆ ਮੈਨੂੰ ਕਹਿੰਦਾ ਉਹ ਸਕੂਲ ਚੱਲਦਾ ਅਤੇ ਨਾਲ ਕਹਿੰਦਾ ਉਸ ਹੈਡਮਾਸਟਰ ਵੇਲੇ ਫੋਟੋ ਲਵਾਉਣੀ ਹੈ ਅਤੇ ਨਾਲ ਉਹ ਕਹਿ ਰਿਹਾ ਮੈਂ ਨਹੀਂ ਸੋ ਕਹਿੰਦੇ ਕਹਿੰਦਾ ਮੈਂ ਤਾਂ ਇੱਥੇ ਭਾਂਡੇ ਮਾਂਜੇ ਆ ਅਤੇ ਤਸ਼ਤਰੀਆਂ ਰਗੜੀਆਂ ਤੋ ਮੇਰਾ ਕਹਿਣ ਦਾ ਮਤਲਬ ਹੈ ਸਾਡਾ ਜਿਹੜੀ ਗੁਰਸਿੱਖਿਆ ਸਿਖਾਉਂਦੀ ਹੈ ਆਪਦੀ ਵਹਿਰੂ 'ਚ ਰੱਖੋ ਭਰੋਸਾ ਅਤੇ ਡਟ ਕੇ ਕਰੋ ਲਾਸਟ ਜਿਹੜੀ ਕਹਿੰਦੇ ਗਏ ਮੈਂ ਲੈਬੋਰੇਸ਼ਨ ਨਹੀਂ ਕਰਦਾ ਨਾ ਮੈਂ ਕਿਸੇ SGPC ਨੁਕਤਾ 'ਚ ਨਹੀਂ ਕਰਦਾ ਜੋ ਚੰਗਾ ਹੋਊਗਾ ਉਹ ਚੰਗਾ ਵੀ ਕੰਮ ਕਰਦੀ ਹੋਰ ਗੁਰਦੁਆਰੇ ਚੰਗਾ ਵੀ ਕਰਦੀ ਹੈ ਪਰ ਜਿਹੜੀ ਸ਼ਬਦ ਭਾਈ ਸਾਹਿਬ ਬਾਦਸ਼ਾਹ ਕਹਿੰਦੇ ਅਜ਼ੀਜ਼ ਮੇਰੇ ਜੇ ਅਸੀਂ ਮਾੜਾ ਸਮਝਦੇ ਉਹਨਾਂ ਕਹੀਏ ਤਗੜੇ ਹੋ ਗਏ ਉੱਥੇ ਹੱਥ ਪਾਈਏ ਐਵੇਂ ਬਾਹਰ ਬੈਠੇ ਜਾਣਾ ਨੂੰ ਸਾਡਾ ਉਹ ਸੁਧਾਰ ਲੈਣ ਆਪਦੇ ਮੁਹੱਲੇ ਦੇ ਗੁਰਦੁਆਰੇ ਦੇ ਕੋਈ ਜਾਂਦਾ ਨਹੀਂ ਪਿੰਡ ਦੇ ਗੁਰਦੁਆਰੇ ਦੇ ਜਾਂਦਾ ਨਹੀਂ ਫਿਰ ਕਹਿਣਗੇ ਉੱਥੇ ਭਾਈ ਮਾੜਾ ਪਾਠ ਕਰਦਾ ਉੱਥੇ ਉਹ ਮਾੜਾ ਪਾਠ ਕਰਦਾ ਹੈ ਮੇਰਾ ਪੁਆਇੰਟ ਇਹ ਹੈ ਵੀ ਸ਼ੁੱਡ ਐਕਸੈਪਟ ਦਾ ਚੈਲੰਜ ਨਹੀਂ ਅਗਲਿਆਂ ਨੂੰ ਜਿਹੜੇ ਹੈਗੇ ਆ ਜਿਸ ਜਿਹੜੀ ਆ ਕਰਦੇ ਉਹਨਾਂ ਨੂੰ ਮਦਦ ਕਰੀਏ ਲਓ ਵੀ ਸਾਡਾ ਅਸੀਂ ਥੋੜ੍ਹੇ ਸਹਿਯੋਗੀ ਹੈ ਤੁਸੀਂ ਉਹ ਕੰਮ ਕਰੀਏ ਇਹਨਾਂ ਸ਼ਬਦਾਂ ਰਾਹੀਂ ਮੈਂ ਉਹੀ ਗੱਲ ਮੈਨੂੰ ਇਹ ਚੰਗਾ ਸਾਡੇ ਮੈਡਮ ਹੋਣੀ ਡੰਗ ਲੈ ਖੜੇ ਹੋ ਗਏ ਆ ਅਤੇ ਮੈਂ ਤੁਹਾਡੇ ਨਾਲ ਵਿਚਾਰ ਇਹ ਕਰਨੇ ਸੀ ਕਿ ਉਹ ਗੁਰੂ ਦੀ ਸਿੱਖਿਆ ਜੇ ਕਹਿੰਦੀ ਹੈ ਆਪਦੇ ਰੱਬ 'ਚ ਧਿਆਨ ਰੱਖੋ ਕਿਰਤ ਕਰੋ ਅਤੇ ਲੋਕੇ ਮੰਗਦੇ ਰੱਖੋ ਇਹ ਗੱਲ ਮੈਂ ਜ਼ਰੂਰ ਸਾਂਝੀ ਕਰ ਦਿੰਦਾ ਇੱਥੇ ਆਉਂਦੀ ਮੈਂ ਉਸ ਤਾਂ ਮੈਂ ਉਹ ਸਟਰੋਂਗਲੀ ਫੀਲ ਕਰਦਾ ਤਾਂ ਕਿ ਮੈਂ ਉਸ ਵਿਚਾਰਧਾਰੇ ਦਾ ਬਿਲਕੁਲ ਹੀ ਹਾਮੀ ਨਹੀਂ ਉਹਦੀ ਪੋਲੀਟਿਕਸ ਵਾਲੇ ਕਰਦੀ ਹੈ ਉਹ ਧਾਰਮਿਕ ਦਾ ਅਤੇ ਪੋਲੀਟਿਕਸ ਦਾ ਕੀ ਸੰਬੰਧ ਹੈ ਵੀ ਕਬੱਡੀ ਦੇ ਰੂਲ ਹੋਰ ਹੈ ਟੈਨਿਸ ਦੇ ਰੂਲ ਹੋਰ ਹੈ ਕ੍ਰਿਕਟ ਦੇ ਰੂਲ ਹੋਰ ਹੈ ਕਿ ਆਪਾਂ ਕਹੀਏ ਉਹ ਕੱਢ ਕੇ ਇੱਕ ਜਿਹੜੀ ਪਾਲੀਟਿਕਸ ਹੈ ਉਹਦਾ ਇੱਕ ਰਾਜ ਭਾਗ ਦੀ ਖੋਲਦੀ ਹੈ ਉਹਨਾਂ ਦੇ ਅੱਜ ਦੇਖ ਲਓ ਚਾਹੇ ਹਜ਼ਰਤ ਈਸਾ ਤੋਂ ਲੈ ਲਓ ਮੂਸਾ ਤੋਂ ਲੈ ਲਓ ਹਜ਼ਰਤ ਮੁਹੰਮਦ ਤੋਂ ਲੈ ਲਓ ਭਜਾ ਕੇ ਉਹਨੂੰ ਭਰਾਉਣ ਕੱਢਦਾ ਕ੍ਰਿਸ਼ਨ ਜੀ ਤੋਂ ਦੇਖ ਲਓ ਰਾਮਚੰਦਰ ਜੀ ਤੋਂ ਦੇਖ ਲਓ ਆਪਾਂ ਗੁਰੂ ਸਾਹਿਬਾਂ ਨੂੰ ਸਾਰਾ ਕੋਟ ਕਰਦੇ ਸਹੀ ਹੈ ਹਵੇ ਕਰੀ ਜਾਂਦੇ ਬੜੇ ਬੜੇ ਚੰਗਾ ਸੀ ਕਿਹੜੇ ਵੇਲੇ ਚੰਗਾ ਸੀ ਜੀ ਗੁਰੂ ਨਾਨਕ ਦੇਵ ਜੀ ਦੇ ਪੁੱਤ ਉਹ ਦੁਖੀ ਸੀ ਦੂਜਾ ਰਾਜ ਦੇਣ ਲੱਗਿਆ ਗੁਰੂ ਅੰਗਦ ਦੇਵ ਜੀ ਦੇ ਪੁੱਤ ਉਹ ਦੁਖੀ ਸੀ ਕਿ ਗੁਰੂ ਅਮਰਦਾਸ ਜੀ ਦੇ ਪੁੱਤ ਉਹ ਦੁਖੀ ਸੀ ਚੌਥੇ ਪਾਸੇ ਉਹ ਦੁਖੀ ਸੀ ਅਤੇ ਅੱਗੇ ਮੈਂ 10ਵੇਂ ਗੁਰੂ ਤੱਕ ਲਿਆਉਣਾ ਕਿਹੜੇ ਗੁਰੂ ਕਿਹਨੇ ਉਹ ਮੰਨਿਆ ਸੀ ਸਾਨੂੰ ਭਾਵੇਂ ਹੈ ਗੁਰੂਆਂ ਨੇ ਝੂਠਮਤਾਈ ਵਿਖਾਈ ਸੀ ਜਿਹੜਾ ਬੰਦਾ ਸਹੀ ਲਾਉਣਾ ਉਹ ਅੱਗੇ ਲਾਉਣਾ ਜਿਹੜੇ ਸਿਆਸੀ ਹੈ ਉਹਨਾਂ ਦਾ ਰੂਲ ਹੋਰ ਹੈ ਲਾਸਟ ਕਹਿਣ ਦੀ ਚੰਗਾ ਕਿੱਥੇ ਹੈ ਜੀ ਪੋਪ ਕਹਿੰਦੇ ਆਮ ਕਹਿੰਦੇ ਈਸਾਈ ਧਰਮ ਦੀ ਇੱਕ ਤੋਂ ਮਿਸਾਲ ਦੇ ਖਤਮ ਕਰਦੇ ਦੁਨੀਆਂ 'ਚ ਈਸਾਈ ਧਰਮ ਐਡਾ ਵੱਡਾ ਹੈ ਕੋਈ 80-85% ਤੁਹਾਨੂੰ ਪਤਾ ਕੈਥੋਲਿਕ ਹੈ ਉਹ ਹੈਨਰੀ ਦਾ ਵਿਆਹ ਨਹੀਂ ਕਰਵਾਉਣ ਦਿੱਤੀ ਉਹਨੇ ਪੋਪ ਨੂੰ ਕਹਿੰਦਾ ਜਾ ਸਤਿ ਸ਼੍ਰੀ ਅਕਾਲ ਆਪਾਂ ਨਿੱਤ ਕੋਟ ਕਰਦੇ ਹਾਂ ਔਰ ਮੈਂ ਹੁਣ ਵੀ ਕਰਦਾ ਵਨ ਆਫ ਦੀ ਬੈਸਟ ਐਡਮਿਨਿਸਟ੍ਰੇਟਿਵ ਸਟੇਟ ਬਹੁਤ ਸਾਰੇ ਸ਼ੇ ਨਹੀਂ ਜਾਣਦੇ ਹੈਰਾਨ ਹੋ ਜਾਂਦੀ ਹੈ ਜਿਹੜਾ ਇੰਗਲੈਂਡ ਹੈ ਉਹਨਾਂ ਨੇ ਮੰਨਦਾ ਪੋਪ ਨੂੰ ਉੱਥੇ ਦਾ ਜਿਹੜਾ ਪੋਪ ਹੈ ਕੁਛ ਕਰੋ ਕਾਲਮਿਟਰ ਮਿਲੀ ਹੈ ਉਹ ਹੈਨਰੀ ਦਾ ਵਿਆਹ ਨਹੀਂ ਕਰਾਉਂਦਾ ਕਹਿੰਦਾ ਚੱਕ ਪਰਾਂ ਉਹ ਮੇਰਾ ਅੱਜ ਸ਼ਾਮ ਨੂੰ ਉਹਨੇ ਇੰਟਰਬਰੀ ਬਣਾਤਾ ਮੇਰਾ ਇਹ ਕਹਿਣ ਦਾ ਮਤਲਬ ਇਹ ਹੈ ਇਹ ਜਿਹੜੀ ਜੱਦੋ ਜਹਿਦ ਹੈ ਧਾਰਮਿਕ ਸਪਿਰਚੁਅਲ ਡਿਵੈਲਪਮੈਂਟ ਇੱਕ ਚੀਜ਼ ਹੈ ਉਹਦਾ ਕਲੈਸ਼ ਇਹ ਨਹੀਂ ਹੈ ਜਿਹੜੀ ਪੋਲੀਟਿਕਸ ਹੈ ਉਹਦਾ ਕਲੈਸ਼ ਹੈ ਰਾਜ ਭਾਗ ਗੱਦੀ ਸੰਭਾਲਣਾ ਉਹਦੇ ਰੂਲ ਧੱਕਾਸ਼ਾਹੀ ਹੋਰ ਰਹਿਣੇ ਹੈ ਤੋ ਮੇਰਾ ਜੋ ਹੁਣ ਤੱਕ ਕਿਹਾ ਗਿਆ ਵੀ ਜੋ ਸਪਿਰਚੁਅਲ ਡਿਵੈਲਪਮੈਂਟ ਕਰੋ ਅਧਿਆਪ ਹੋਰ ਰੂਹਾਨੀ ਉੱਚੇ ਹੋ ਵਿਦਿਅਕ ਤੌਰ 'ਤੇ ਉੱਚੇ ਹੋ ਮੈਂ ਵੀ ਚਾਹੁੰਦਾ ਔਰ ਮੈਂ ਤਾਂ ਬਲ ਪਹਿਲਾਂ ਹੀ ਚਾਹੁੰਦਾ ਅਤੇ ਵਹਿਗੁਰੂ ਰੱਜ ਕੇ ਰੋਟੀ ਦੇਈਂ ਅਤੇ ਫਿਰ ਮੈਨੂੰ ਸੋਚਣ ਦੀ ਬਾਕੀ ਹੈ ਕਿ ਸ਼ਾਮ ਨੂੰ ਕਬਲਾ ਫੜ ਕੇ ਉੱਥੇ ਬੈਠਣਾ ਸਭ ਗੱਲਾਂ ਝੂਠ ਹੈ ਅਤੇ ਮੈਂ ਸ਼ਲਾਘਾ ਕਰਦਾ ਤੁਹਾਡੀ ਸੱਜਣੋਂ ਆਉਂਦੇ ਹੋ ਮੈਡਮ ਨੇ ਸਾਡੇ ਪ੍ਰਧਾਨ ਨੇ ਇਹਨਾਂ ਨੇ ਹਿੰਮਤ ਕਰੇ ਕਰਾਇਆ ਅਤੇ ਡਾਕਟਰ ਕੇਰ ਸਿੰਘ ਹੋਏ ਬਾਬਤ ਮੈਂ ਕਹਿਣਾ ਨਹੀਂ ਚਾਹੁੰਦਾ ਇੱਕ ਬਹੁਤ ਹੀ ਸੁਲਝੇ ਹੋਏ ਅਤੇ ਮੈਂ ਉਹਨਾਂ ਦਾ ਹੁਣ ਰਸਤਾ ਰੋਕਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਜ਼ੁਰਗ ਨੇ ਪਰ ਇੱਕ ਚੀਜ਼ ਮੈਥੋਂ ਵੀ ਰਿਹਾ ਨਹੀਂ ਜਾਂਦਾ ਮੈਂ ਇੱਕ ਚੀਜ਼ ਨਾਲ ਸਹਿਮਤ ਨਹੀਂ ਹਾਂ ਕਿ ਮੁੱਢ ਸਾਡਾ ਸਰੀਰ ਨਹੀਂ ਹੈ ਜੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਸਾਡਾ ਮੁੱਢ ਹੈ ਆਪਾਂ ਇਹ ਤੋਂ ਬਗੈਰ ਠੀਕ ਹੈ ਇਹ ਵੀ ਹੈ ਕਿ ਵੀ ਭੁੱਖੇ ਭਗਤ ਨਾ ਕੀਜੇ ਮਾਲਾ ਆਪਣੀ ਲੀਜੇ ਮਗਰ ਮੇਰਾ ਖਿਆਲ ਹੈ ਅਮਰੀਕਾ ਵਰਗਾ ਦੇਸ਼
ਜਿਹੜਾ ਕਿ ਇੰਨਾ ਸੰਪੰਨ ਹੈ, ਸਾਰਾ ਕੁਛ ਭੁੱਖ ਭੁੱਖ ਤਾਂ ਕੋਈ ਹੈ ਨਹੀਂ, ਉਹਨਾਂ ਦੇ ਵੀ ਜਿਹੜੇ ਤੁਹਾਡੇ ਸੋ ਕਾਲਡ ਸੋਲਜਰਸ ਨੇ ਉਹ ਤੁਸੀਂ ਦੇਖ ਲਓ ਕਿ ਉਹ ਹਾਲ ਕੀ ਕਰਦੇ ਨੇ ਜਦੋਂ ਲੜਾਈ 'ਚ ਜਾਂਦੇ ਨੇ, ਰੇਪ ਦਿਸ ਦੈਟ ਐਂਡ ਦੀ ਅਦਰ ਕਿੰਨਾ ਉੱਥੇ ਮਤਲਬ ਆਮ ਚੱਲਦਾ ਹੈ। ਅਤੇ ਸਾਡੇ ਜਿਹੜੇ ਸਿੱਖ ਸੀਗੇ ਬਾਬਾ ਬੰਦਾ ਸਿੰਘ ਦੇ ਵੇਲੇ ਜਦੋਂ ਲੜਾਈ ਹੋਈ ਸੀਗੀ ਕਿ ਕੋਈ ਧੀ ਭੈਣ ਕਿਸੇ ਵੀ ਪਰਾਈ ਔਰਤ ਨੂੰ ਉਹਨਾਂ ਨੇ ਗੰਦੀ ਨਜ਼ਰ ਨਾਲ ਨਹੀਂ ਵੇਖਿਆ ਸੀਗਾ, ਆਪਣੇ ਘਰਾਂ ਛੱਡ ਕੇ ਆਉਂਦੇ ਸੀਗੇ। ਸੋ ਇਹ ਸਾਰੀ ਗੱਲਬਾਤ ਹੈ, ਇਹ ਸਾਰੀ ਜਿਹੜੀ ਹੈ ਇਹ ਸਿਰਫ ਕਿਉਂਕਿ ਗੁਰੂ ਨਾਲ ਸਿੱਖ ਜੁੜੇ ਹੋਏ ਸੀਗੇ ਅਤੇ ਸਾਨੂੰ ਉਸ ਚੀਜ਼ ਨਾਲ ਫਿਰ ਤੋਂ ਉਸ ਚੀਜ਼ ਤੋਂ ਅਸੀਂ ਹੋਣਾ ਨਹੀਂ ਚਾਹੀਦਾ ਪਰੇ। ਬਾਕੀ ਗੱਲ ਜਿਹੜੀ ਹੈਗੀ ਉਹ ਤਾਂ ਬਾਣੀ ਵੀ ਕਹਿੰਦੀ ਹੈ ਕਿ ਗੁਰੂ ਸਾਹਿਬ ਨੇ ਰਿਜ਼ਕ ਹਰੇਕ ਨੂੰ ਦਿੱਤਾ ਹੋਇਆ, ਪਾਛੇ ਜੀ ਰੱਤ ਪਾਏ ਵਾਲੀ ਗੱਲ ਜਿਹੜੀ ਆਪਾਂ ਕਰਦੇ ਹਾਂ ਕਿ ਤੁਹਾਡਾ ਜਨਮ ਬਾਅਦ ਵਿੱਚ ਹੁੰਦਾ ਹੈ ਅਤੇ ਆਪਣੇ ਮਾਵਾਂ ਦੇ ਧਰਾਂ ਯੂਨੋ ਆਪਣੇ ਪ੍ਰੈਸ ਦੇ ਵਿੱਚ ਦੁੱਧ ਪਹਿਲਾਂ ਆ ਜਾਂਦਾ ਹੈ। ਸੋ ਇਹ ਚੀਜ਼ ਘਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ, ਪਰ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਬਾਣੀ ਉੱਤੇ, ਗੁਰੂ ਉੱਤੇ, ਅਤੇ ਆਪਣਾ ਉਦਮ ਕਰਨਾ ਚਾਹੀਦਾ ਜਿੱਦਾਂ ਪਹਿਲਾਂ ਜਿੱਥੇ ਦੁਹਰਾਇਆ ਗਿਆ। ਇਹ ਮੇਰੇ ਵਿਚਾਰ ਸੀਗੇ। ਆਈ ਐਮ ਸੋਰੀ ਸਰ ਅਗਰ ਤੁਹਾਡੇ ਵਿਚਾਰਾਂ ਨਾਲੋਂ ਮੈਂ ਥੋੜ੍ਹਾ ਜਿਹਾ ਅੱਡ ਬੋਲ ਪਿਆ। ਹੁਣ ਮੈਂ ਬੇਨਤੀ ਕਰਾਂਗਾ ਬੀਬੀ ਪ੍ਰਭਜੋਤ ਕੌਰ ਜੀ ਨੂੰ, ਉਹ ਆ ਕੇ ਅਤੇ ਆਪਣਾ ਰੈਜ਼ੋਲਿਊਸ਼ਨ ਤੁਹਾਡੇ ਸਾਹਮਣੇ। ਅੱਜ ਤੇ ਕੱਲ ਦੋ ਦਿਨ ਵਿਦਿਆ ਵਿਦਿਅਕ ਸੰਸਥਾਵਾਂ, ਵਿਦਿਅਕ ਸਿਸਟਮ, ਅਧਿਆਪਕਾਂ ਬਾਰੇ ਕਾਫੀ ਗੱਲਾਂ ਹੋਈਆਂ ਅਤੇ ਅਸੀਂ ਜਿਸ ਨਤੀਜੇ 'ਤੇ ਪਹੁੰਚੇ ਹਾਂ ਉਹ ਮੈਂ ਆਪਦੇ ਸਾਹਮਣੇ ਰੱਖਣਾ ਚਾਹੁੰਦੀ ਹਾਂ। ਅਸੀਂ ਇੱਕ ਰੈਜ਼ੋਲਿਊਸ਼ਨ ਬਣਾਇਆ ਹੈ, ਇਹ ਪੇਸ਼ ਕਰਨਾ ਜਿੱਥੇ ਵੀ ਜਿਹੜੀਆਂ ਵੀ ਸੰਸਥਾਵਾਂ ਐਜੂਕੇਸ਼ਨ ਵਿੱਚ ਜੁਟੀਆਂ ਹੋਈਆਂ ਨੇ ਇੰਕਲੂਡਿੰਗ ਪੰਜਾਬ ਸਰਕਾਰ, ਉੱਥੋਂ ਤੱਕ ਅਸੀਂ ਆਵਾਜ਼ ਪਹੁੰਚਾਈਏ ਸਾਰੇ ਇਸ ਸਮੂਹ ਦੀ। ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਇਸ ਦੀ ਲੈਂਗੁਏਜ ਇੰਪਰੂਵ ਕਰ ਲਵਾਂਗੇ, ਕਿਉਂਕਿ ਇਹ ਵਿਚਾਰਾਂ ਦੇ ਵਿੱਚੋਂ ਗੱਲ ਨਿਕਲੀ ਆ, ਲੈਂਗੁਏਜ ਇੰਪਰੂਵ ਕਰ ਲਵਾਂਗੇ, ਥੋੜ੍ਹੀ ਜਿਹੀ ਕਮੀ ਰਹਿ ਜਾਏ ਤਾਂ ਆਪ ਮਾਈਂਡ ਨਾ ਕਰਨਾ। ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਵੱਲੋਂ ਸਿੱਖ ਗੁਰੂ ਸਾਹਿਬਾਨ ਦੀ ਵਿੱਦਿਅਕ ਫਿਲੋਸਫੀ ਬਾਰੇ ਕਰਵਾਏ ਸੈਮੀਨਾਰ ਵਿੱਚ ਇਕੱਤਰ ਹੋਏ ਇਸ ਇਕੱਠ ਰਾਹੀਂ ਮੰਗ ਕੀਤੀ ਜਾਂਦੀ ਹੈ ਕਿ ਵਧੀਆ ਅਧਿਆਪਕ ਪੈਦਾ ਕਰਨ ਲਈ ਬੀ ਐਡ ਦੀ ਡਿਗਰੀ ਨੂੰ BA BSc ਦੇ ਨਾਲ ਜੋੜ ਕੇ ਇੰਟੈਗਰੇਟਿਡ ਕੋਰਸ ਬਣਾਇਆ ਜਾਏ ਤਾਂ ਕਿ ਪਲੱਸ ਟੂ ਤੋਂ ਹੀ ਬਾਅਦ ਬੱਚੇ ਫੈਸਲਾ ਕਰ ਲੈਣ। ਇਹ ਫੈਸਲਾ ਦੀ ਡਿਮਾਂਡ ਸੀ ਜਿਹੜੇ ਬੀ ਐਡ ਕਾਲਜਾਂ ਵਿੱਚ ਲੱਗੇ ਪੜ੍ਹਾ ਰਹੇ ਹਨ। ਬੀ ਐਡ ਵਿੱਚ ਪੱਛਮੀ ਵਿੱਦਿਅਕ ਫਲਸਫੇ ਦੇ ਨਾਲ ਨਾਲ ਸਿੱਖ ਗੁਰੂ ਸਾਹਿਬਾਨ ਦੇ ਵਿੱਦਿਅਕ ਫਲਸਫੇ ਨੂੰ ਵੀ ਵਿਸ਼ੇ ਵਜੋਂ ਪੜ੍ਹਾਇਆ ਜਾਏ। ਅਤੇ ਜਦੋਂ ਇੰਟੈਗਰੇਟਿਡ ਕੋਰਸ ਕਰਵਾਉਣ ਤੋਂ ਪਹਿਲੇ ਇਸ ਸਾਈਟ 'ਤੇ ਮੈਂ ਲਿਖਿਆ ਹੋਇਆ ਸੀ ਕਿ ਐਪਟੀਚਿਊਡ ਟੈਸਟ ਕਰਵਾਇਆ ਜਾਏ ਅਤੇ ਕੇਵਲ ਉਹਨਾਂ ਬੱਚਿਆਂ ਨੂੰ ਹੀ ਇਹ ਕੋਰਸ ਲੈਣ ਦੀ ਆਗਿਆ ਦਿੱਤੀ ਜਾਏ ਜਿਹੜੇ ਦੋਜ਼ ਹੂ ਬੀਅਰ ਗੁੱਡ ਮੋਰਲ ਕੈਰੈਕਟਰ, ਜਿਹੜੇ ਅੱਛੇ ਅਧਿਆਪਕ ਬਣ ਸਕਣ। ਐਪਟੀਚਿਊਡ ਟੈਸਟ ਬਾਕੀ ਹੋਰ ਕੁਛ ਨਹੀਂ, ਇਹ ਇੱਕ ਅਧਿਆਪਕ ਲਈ ਐਪਟੀਚਿਊਡ ਟੈਸਟ ਇਹੀ ਹੈ। ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ ਪਾਤਸ਼ਾਹ ਵਧੇ ਜਾ, ਜਿਹੜਾ ਆਪਣੇ ਆਪ ਨੂੰ ਠੀਕ ਕਰ ਸਕਦਾ। ਸੋ ਗੁੱਡ ਮੋਰਲ ਵੈਲਿਊਜ਼ ਦਾ ਖਿਆਲ ਰੱਖਿਆ ਜਾਏ ਜਦੋਂ ਉਹਨਾਂ ਨੂੰ ਕੋਰਸ ਦਿੱਤਾ ਜਾਂਦਾ ਹੈ, ਸਿਲੇਬਸ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਿੱਖ ਫਲਸਫੇ ਅਨੁਸਾਰ ਵੈਲਿਊ ਐਜੂਕੇਸ਼ਨ ਦੇਣ ਲਈ ਸਿੱਖ ਫਲਸਫਾ ਸਕੂਲ ਤੋਂ ਹੀ ਪੜ੍ਹਾਇਆ ਜਾਏ। ਇਸ ਕੰਮ ਨੂੰ ਨੇਪਰੇ ਚਾੜਨ ਲਈ SCPC ਚੀਫ ਖਾਲਸਾ ਦੀਵਾਨ ਦੇ ਵੀ ਇੱਥੋਂ ਦੇ ਪ੍ਰਧਾਨ ਬੈਠੇ ਸੀ, ਚਲੇ ਗਏ ਨੇ। ਮੈਂ ਉਹਨਾਂ ਨੂੰ ਵੀ ਚਾਹੁੰਦੀ ਸੀ ਕਿ ਉਹ ਵੀ ਆ ਕੇ ਕੁਛ ਬੋਲਦੇ। ਚਿਕਲਗੀਤਾ ਟਰੱਸਟ, ਬੜੂ ਸਾਹਿਬ ਆਦਿ ਜੋ ਵਿਦਿਆ ਦੇ ਪ੍ਰਸਾਰ ਵਿੱਚ ਜੁੜੀਆਂ ਸੰਸਥਾਵਾਂ ਹਨ, ਇਹਨਾਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਹ ਜਿੱਥੇ ਅਧਿਆਪਕਾਂ ਨੂੰ ਆਮ ਨਾਲੋਂ ਵੱਧ ਤਨਖਾਹਾਂ ਦੇ ਕੇ ਵਿਦਿਅਕ ਢਾਂਚੇ ਨੂੰ ਸੁਧਾਰਨ ਲਈ ਵਧੀਆ ਅਧਿਆਪਕਾਂ ਦਾ ਟੈਲੈਂਟ ਸਾਹਮਣੇ ਖਿੱਚਣਗੇ, ਆਪਣੇ ਵੱਲ ਖਿੱਚਣਗੇ। ਉੱਥੇ ਸਕੂਲਾਂ ਦੇ ਪ੍ਰਬੰਧਕਾਂ ਦੀਆਂ ਵੀ ਵਰਕਸ਼ਾਪ ਸਮੇਂ ਸਮੇਂ ਲਗਾ ਕੇ ਉਹਨਾਂ ਨੂੰ ਵੀ ਇਸ ਪਾਸੇ ਚੇਤਨ ਹੋਣ ਲਈ ਪ੍ਰੇਰਣਗੇ। ਸੋ ਇਹ ਵਿਚਾਰ ਅਸੀਂ ਰੱਖੇ ਹਨ, ਇਸ ਦੀ ਲੈਂਗੁਏਜ ਇੰਪਰੂਵ ਕਰ ਲਈ ਜਾਏਗੀ। ਜੇ ਕੋਈ ਹੋਰ ਵਿਚਾਰ ਮੈਂ ਛੱਡ ਗਈ ਹੋਵਾਂ ਤਾਂ ਆਪ ਹੁਣ ਸਲਾਹ ਦੇ ਸਕਦੇ ਹੋ, ਅਸੀਂ ਉਹਦੇ 'ਚ ਇਨਕੋਰਪੋਰੇਟ ਕਰ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਣੇ ਤਾੜੀਆਂ ਦੇ ਨਾਲ, ਵੈਸੇ ਤਾਂ ਅਸੀਂ ਜੈਕਾਰੇ ਦੇ ਨਾਲ ਪ੍ਰਵਾਨਗੀ ਮੰਨਦੇ ਹੁੰਦੇ ਹਾਂ, ਅਤੇ ਸੇ ਮੈਂ ਗੁਰਤੀਤ ਜੀ ਨੂੰ ਬੇਨਤੀ ਕਰਦੀ ਹਾਂ ਕਿ ਇਸ ਰੈਜ਼ੋਲਿਊਸ਼ਨ ਦੀ ਪ੍ਰਵਾਨਗੀ ਇੱਕ ਜੈਕਾਰੇ ਰਾਹੀਂ ਦਿੱਤੀ ਜਾਏ। ਉਸ ਤੋਂ ਬਾਅਦ ਅਸੀਂ ਡਾਕਟਰ ਕੇਰ ਸਿੰਘ ਬਹੁਤ ਦੇਰ 'ਤੇ ਬੈਠੇ ਨੇ, ਥੱਕ ਗਏ ਹੋਣਗੇ। ਇਹ ਵੀ ਚੀਫ ਗੈਸਟ ਬਣਨ ਦਾ ਇੱਕ ਬੜੇ ਵੱਡਾ ਇਮਤਿਹਾਨ ਹੁੰਦਾ ਕਿ ਸੈਸ਼ਨ ਦੇ ਸ਼ੁਰੂ ਤੋਂ ਲੈ ਕੇ ਬੈਠੋ ਅਤੇ ਅਖੀਰ ਤੱਕ ਬੈਠੇ ਰਹੋ, ਬਾਕੀ ਸਾਰੇ ਕੋਈ ਘੁੰਮ ਆਉਂਦਾ, ਕੋਈ ਸੈਰ ਕਰ ਆਉਂਦਾ। ਸੋ ਉਹਨਾਂ ਨੂੰ ਅਸੀਂ ਬੜੇ ਵੱਡੇ ਇਮਤਿਹਾਨ ਵਿੱਚ ਪਾਇਆ ਹੋਇਆ, ਉਹਨਾਂ ਨਾਲ ਛੁਟਕਾਰਾ ਕਰਵਾਇਆ ਜਾਏ ਹੁਣ ਇਸ ਵੱਡੇ ਇਮਤਿਹਾਨ ਤੋਂ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵੈਸੇ ਬੀਬੀ ਦੀ ਬੀਬੀ ਦਾ ਜੈਕਾਰਾ ਪ੍ਰਵਾਨਿਤ ਹੈ ਜੀ, ਮੈਂ ਤਾਂ ਉਵੇਂ ਕਹਿ ਤਾ। ਹੁਣ ਮੈਂ ਬੇਨਤੀ ਕਰਦਾ ਡਾਕਟਰ ਕੇਰ ਸਿੰਘ, ਜੋ ਕਿ
रिटायर्ड चेयरमैन पंजाब स्कूल एजुकेशन बोर्ड के ने हैड पोलिटिकल साइंस के पंजाबी यूनिवर्सिटी पटियाला भी दो साल 64 तो लेके 66 तक सिख मिशनरी कॉलेज अमृतसर में भी जुड़े रहे थे। इन्होंने काफ़ी किताबा लिखिया ने, उन्होंने एक है परस्पेक्टिव ऑन सिख पॉलिटी, ये आके तो थोड़े नाल वैलेंटरी एड्रेस देंगे। डॉक्टर केहर सिंह एक्स चेयरमैन पंजाब स्कूल एजुकेशन बोर्ड विचार सांझे कर रहा सीगा। गुरु नानक देव यूनिवर्सिटी ने हाल ही सिख पंजाब हिस्ट्री एंड कल्चर का कोर्स हटा के सिर्फ पंजाबी पढ़ानी शुरू कराती, मतलब दे हैव रिप्लेस्ड दैट कोर्स। वी वॉन्ट कि अगर पंजाबी पढ़ानी है जरूर पढ़ाओ, मगर वो नाल नाल जरा पंजाबी कल्चर हिस्टरी का कोर्स है उन्होंने ना हटाओ, क्योंकि वो ही पंजाबी का पंजाब का फैला है। सो असी जे इन्हों की पहुँच हैगी असी इन्हों ये भी बेनती करते हैं कि वह भी जरूर अपनी इन्फ्लुएंस उत्थे देन ते उस कोर्स को फिर लागू कराउन अलोंग विद जी पंजाबी लैंग्वेज का कोर्स उत्थे चल रहा है। डॉक्टर केहर सिंह बहुत सत्कारयोग उस्ताद गुरदेव सिंह बराड़ जी, मेरी छोटी भैन रवजोत, मैडम शेख साहब बुलारे जी, सज्जन ने अश्विनी जी, मेरे सन्मुख बैठे बहुत ही सत्कारयोग बागियां साहब, भाई साहब, भैन जी ते बैठे सी, जे जी साहब वो चले गए, पदावा साहब का तुहाडे दर्शन किए कैनेडा च भी, भाई साहब तुहाडे ते प्रोफेसर रामदेव तुहाडा जिक्र मैं हुणे पढ़िया, प्रोफेसर गुरदयाल बल तुहाडे नाल उत्थे अमोल खुणा नाल पंजाब टाइम जो मैं पढ़ता रहना, मेरे दोस्त ने ते सब तो पिछे मेरे अजीज़ बहुत श्रोमणी कथाकार डॉक्टर जगीर सिंह जी बैठे, मेरे कुलीग रहे गुरद्वारा अपने पंजाब स्कूल एजुकेशन बोर्ड च, ते सरदार प्रभजोत कौर। मैं इस करके कह रहा हैं कि अपने हमेशा जी सरदार नहीं फलाना, तो ये सरदार साहब जो पिछले चीफ इंजीनियर बैठे थे सरदार प्रभजोत कौर। खैर समा बहुत हो गया तो मैनू लगता हूँ कि जे मैं लंबा समा बोलना तो वो फिर बड़ी माड़ी गल होती है। जिनी आग्या संगत द मेरिट निश्चित कर दौ, उन्हें च मैं गल संगत दस दौ बस, क्योंकि लंगर छकना तो वह फिर मैनू लगेगा कि मैं थोड़ा राह संगत दस दे, मैं पाँच मिनट ने दो ने दस ने तो उन्हें मैं नहीं संगत दस जो कहना चाहते कहो जी। बहुत धन्यवाद। देखो एजुकेशन बारे जिहड़ियां गल्लां होईयां बहुत एक्सपर्ट्स ने सारिया ही गल्लां ठीक गई, रेजोल्यूशन च सारिया गल्लां आ गई, मैं दोहरावना नहीं चाहूँगा, पर दो तीन गल्लां जिहड़ियां बड़िया नुमाया तौर पर साढ़े सामने इस वेले प्रतख ने, वो ये है कि इस वेले आडियंस च देखो तुसीं भला सब ये बुढ़े जरनैल असीं बैठे हुए हैं, कोई यंगर जनरेशन नूं रिप्रजेंट करन वाला जिहदे नाल असीं डायलाग स्थापित कर लैणा वो नहीं। सो मैनू सब तो वड्डी समस्या ये लगती है, अगेल साहब बैठे ने साडे बुढ़े जरनैल ने, बराड़ साहब ने, बाकी सारे असीं बैठे सब बुढ़े जरनैल सब सत्रे बादरे असीं हो। गल ये है कि जिन्हां ने इस संभालनी अगे कौम की वाग दो जिहड़ा साडा राबता टुट चुकिया होया वो राबता किवें स्थापित किया जाए, मैनू सब तो वड्डी समस्या ये लगती है। तो इहदे लई कुछ उपराले हो रहे हैं, जिस तरह प्रोफेसर साहब उन्होंने कर रहे हैं, गुरु गोबिंद सिंह स्टडी सर्कल राही हो रहा, बाहर रंधावा साहब मैनू भी मौका मिले, प्रोफेसर मनजीत सिंह होनी साहब का जथेदार अकाल तख्त उन्होंने
अमरीका कैनेडा हो कई थावान जाने का मैं मौका मिले उत्थे यूथ कैंप करते हैं लोग और उन्हां राही सिख सिद्धांत सिख इतिहास उहदी जानकारी दित्ती जाती है और उन्हां कैंप्स विचों अजिहे सज्जन तैयार हो गए ने जिहड़े कि गुरद्वारा साहिबान विच बहुत अच्छा रोल प्ले कर रहे हैं और कुछ अजिहे विद्वान पैदा हो गए हैं जिहड़े सिखी बारे ओरिजिनल कंट्रीब्यूशन कर रहे हैं। मैं उन्होंने नाँ नहीं लेना चाहता, उन्होंने एक तो तुम सारे जानते हो कि अजकल उनकी किताब आई है बहुत अच्छी किताब जिसे बारे में संदन चर्चा भी होनी चाहिए है। वह उन्होंने सिखिज़म के बारे में सारी रिसर्च हूँ तक हुई है वो है रिलिजन एंड द स्पेक्टर ऑफ वेस्ट, धर्म तो इसनों चिंबड़िया होया पछम का भूत कि असी रिलिजन नू एनक ला के जब देखने की कोशिश कर रहे वो पछम दनक चाहे साड़ी सिंह सभा मूवमेंट चली उन्हें पछम ने जो एजेंडा सानू दे देता वो असी ले लिया उस पछम के एजेंडे के मुताबिक असी उन्हें जवाब देने की कोशिश कर रहे। असी कदे ओरिजिनल सोच रख सकांगे या नहीं, मैनू लगता है दूसरी सब तो वड्डी समस्या पहली मैं कही सी कि असी यंगर जनरेशन नाल डायलॉग किस तरह स्थापित करना है और दूसरा ये कि पछम तो सुतंत्र सिखी स्पिरिट की सोच मुताबिक कोई अपना सिद्धांत असी सिरज सकांगे या नहीं। दूसरी समस्या मैं क्यों ना, तीसरी गल जो इस वेले एजुकेशन के खेत्र है जो नुकसान वो सानू सारिया नूं पता उहदा हल की हो सकता इहदे बारे जो मेरी समझ है ये तीन क नुकतियां बारे मैं निक्कियां निक्कियां गल्लां तुहाडे नाल करना चाहुंदा। पहली गल है कि असी अपनी नवी पीढ़ी नाल राबता किवें करदे, मैं समझदा कि साडे कोल इक बहुत गुरु की देन है गुरद्वारा का इंस्टीट्यूशन है, असी उहदी वरतों वधेरे करदे उसनू असी अजिहा केंद्र बनाईए जिथे सही मानिया विच लोकां दी शंका प्रश्न उन्हां दे हल प्रदान किए जाए। अजकल असी गुरु घरां विच कर रहे हाँ कथा कीर्तन होता है पर उत्थे ये रवायत नहीं है और मैं समझदा कि अच्छी गल नहीं है, उत्थे प्रश्न उत्तर कर्म की प्रथा नहीं है गुरुद्वारे कीर्तन हो गया कथा हो गई कोई सज्जन संगत चो उठ के ये नहीं कह सकता कि ज्ञानी जी बुलारा साहब जी प्रोफेसर साहब जी मेरा ये प्रश्न है किंतु है कृपा करके ये समाधान ये प्रथा नहीं है अच्छी है। मैं समझना कि ये नाल नाल हर गुरु घर विच एक अजिहा विधि विधान बनाना चाहिए कि उत्थे जो भी संगत चो सज्जन आए बच्चा आए बुढ़ा आए जवान आए जिहदे मन च भी कोई भी किंतु परंतु किसी भी गल बात उहदे वास्ते समां मखसूस कर दिओ, गुरु घर दे नाल कोई कमरा रख दिओ कोई हाल रख दिओ कि एक घंटा हर हफ्ते जो भी सवाल सिख धर्म बारे सिख इतिहास बारे जनरल जो भी किसी के मन च किंतु परंतु हन भाई आओ उहदे बारे गल की। मेरा बेटा आस्ट्रेलिया मैनू पिछे जाने का मौका मिलया उत्थे ब्लैकबर्न गुरद्वारा साहब च तकरीबन दो बहुत वड्डे गुरद्वारे है मेलबर्न च उत्थे ये ब्लैकबर्न गुरद्वारा साहब च ये प्रथा उन्होंने शुरू कर ली कुछ समा
महीने भी 3 महीने उत्थे सेवा करने का मौका मिलया। हर एतवार में उत्थे दे सज्जन हर किस्म का सवाल मेरे मन च भी सवाल आते हैं, तुहाडे आते हैं, गुरु ग्रंथ साहब की बाणी पढ़ते हैं किंतु परंतु आते हैं। जिस तरह आप अक्सर देखते हैं जी, जे सब कुछ ही करन कराने वाला सच्चे पातशाह है तो फिर मैं करन करन दी की है। एक पासे भी कर्मा के नबेड़े होंगे, एक पासे होंगे सब कुछ वो निश्चित करता भी जवाब तो दो। क्योंकि लॉजिकली जो प्रश्न आता तो इस तरह गुरु साहबान जीवनियों बारे आ गुरु इतिहास बारे प्रश्न आते हैं, इस तरह साधारण जिंदगी दे प्रश्न आते हैं, उन्हां दा जवाब तुहानू कित्थों मिलेगा जे तुसी नहीं दोगे तो बच्चा जवाब कित्थों लैगा? इंटरनेट तो लैगा जां किताब चो लैगा जां पीयर तो लैगा? पीयर ग्रुप द्वारा दिता हुआ जवाब वो अपनी बुद्धि दे लैवल उहदे नाल दे ही बच्चा है ओह जी जवाब है। जो जी मेरी समझ ओह जी मेरे पीयर ग्रुप की समझ है कोई बहुत ही लाहेवंदी गल नहीं। बुक्स के विचों फिर उ समस्या आ जाती है कि प्रश्न खड़े हो जाते हैं उत्तर नहीं लगता। फिलोसफी प्रश्न खड़े करती है उत्तर नहीं दिंदी। मैं तो हुण तक देखा कि मुढ़ले जिंदगी के सवाल जेड़े ने प्लेटो तो लैके उस तो पहला दे फिलोसफर तो लैके अज तक जिंदगी दे भी मुढ़ले सवाल उत्थे दे उत्थे खड़े। वो तुसी आंसर लभ लिया खुद ठीक है, पर जे तुसी कहो कि लॉजिकली कहो कि लॉजिकली यूनिवर्सली एक्सेप्टेड आंसर टू ए क्वेश्चन हैज बिन फाउंड सो फार नॉट। सवाल यह है तुहानू किसी न किसी अजिहे सज्जन की लोड़ है जेड़ा तुहाडे नाल वन टू वन गल कर सके, विचार कर सके, तुहानू दस सके, तुहाडे तो कुछ लर्न कर सके, म्यूचुअल लर्न लिख। सो जेड़ी गुरु साहिबान ने संगत की गल कही सी ते गुरु संगत का गुरुद्वारा संगत का केंद्र सी, इस वेले उहदे विच खामी है। गुरु घर संगत का उस रूप में स्थान नहीं जिथे सही मानिया विच एजुकेशन है, सिर्फ गए मत्था टेक के आ गए गल होती। सो मेरी पहली तो यह है गुजारिश कि ये बारे सोचो संगत कि जे गुरु घर होर एक्टिव किए जा सकते हो तो ये शायद कुछ लाहा हो सकता। दूसरी गल तो देखो सानू लर्न करना चाहिए। असीं तकरीबन जवानी च यूथ चढ़ती उम्र च सारे ही लैफ्ट तो प्रभावित रहे, कम्यूनिज़म तो कहो सोशलिज़म तो प्रभावित रहे, सारे लैफ्ट प्रोग्रेसिव मूवमेंट जिसनों कहें, वो हमेशा अपने स्कूल लाया करते यंग जनरेशन स्टूडेंट के भी सके सारे स्कूलिंग जिसनों आप स्कूलिंग की लोड़ है तो स्कूलिंग साड़ी हो नहीं रही है। वह गुरु घर च हो जाए अच्छी गल है, नहीं जिस तरह यूथ कैंप लगते वह जो ला लो जां कोई होर योजा विधि विधान बना लो जिदे राही स्कूलिंग होए और प्रतिपक्ष किए जा सज्जन। क्योंकि होंदा यह है सब तो वध प्रभाव बच्चे ते पीर ग्रुप का पैंदा, हवा च पिया हुंदा ना सब कुछ, मापे जो मर्जी कही जान, सियाने जो मर्जी कही जान, बच्चे नू गल अपने साथियों की पीढ़ियों की हमजोलियां की हमेशा ही चंगी लगती है तो उहदे मुताबिक करना चाहिए। जे बच्चा परपक्क है तो फिर उत्ते प्रभाव नहीं पैदा, तो परपक्क नू किवें कीता जाए इहदा दूसरा साधन मैं समझदा कि सानू इहो जी कैंप्स लाजमी है जिहड़े लाउणे चाहीदे ने सिख परिवारों खास करके अपने बच्चों में, जे असी चाहते कि वह योजे कैंप्स और बच्चों की प्रॉपर स्कूलिंग होनी चाहिए है तो ही डायलाग स्थापित हो सकता है, नहीं तो बहुत बड़ी समस्या होनी है। पहला मौके बारे ये सुझाव। दूसरी गल शायद मैं कर रहा सीगा कि एजुकेशन जो इस वेले चल रही है
ਉਹਦੇ ਵਿੱਚ ਜੋ ਨੁਕਸ ਹਨ ਉਹ ਆਪਾਂ ਨੂੰ ਪਤਾ। ਪਰ ਜੇ ਅਸੀਂ ਦੇਖੀਏ ਕਿ ਐਜੂਕੇਸ਼ਨ ਟੁੱਟੀ ਹੋਈ ਨਹੀਂ ਹੁੰਦੀ ਸਮਾਜ ਨਾਲ, ਜਿਹੋ ਜਿਹਾ ਸਮਾਜਿਕ ਵਰਤਾਰਾ ਹੈ, ਜਿਸ ਕਿਸਮ ਦੀ ਆਰਥਿਕਤਾ ਹੈ, ਜਿਸ ਕਿਸਮ ਦੀ ਰਾਜਨੀਤੀ ਹੈ, ਜਿਸ ਕਿਸਮ ਦਾ ਸਮਾਜ ਇਸ ਵੇਲੇ ਜਿਹਦੇ 'ਚ ਅਸੀਂ ਜਿਉਂ ਰਹੇ ਹਾਂ, ਉਹਦੇ 'ਚੋਂ ਇਹੀ ਕੁਛ ਨਿਕਲਦਾ। ਜੇ ਤੁਸੀਂ ਕਹੋ ਨਾ ਕਿ ਅਸੀਂ ਐਜੂਕੇਸ਼ਨ ਨੂੰ ਹੋਰ ਤਰ੍ਹਾਂ ਦਾ ਕਰ ਲਈਏ, ਇਹ ਸੰਭਵ ਨਹੀਂ ਹੈ। ਜ਼ਿੰਦਗੀ ਹਮੇਸ਼ਾ ਸਮੁੱਚੀ ਹੁੰਦੀ ਹੈ, ਉਹਦਾ ਇੱਕ ਅੰਗ ਹੁੰਦਾ, ਉਹ ਤੁਸੀਂ ਕਹੋ ਕੋਈ ਲੱਛਣ ਹੁੰਦੇ ਨੇ ਇੱਕ ਸਮਾਜ ਦੇ, ਵਰਤਾਰਾ ਹੁੰਦਾ ਖਾਸ ਸਮੇਂ 'ਤੇ, ਉਹ ਵਰਤਾਰਾ ਆਪਣੇ ਆਪ ਨੂੰ ਪ੍ਰਗਟ ਕਰਦਾ ਵੱਖ ਵੱਖ ਖੇਤਰਾਂ ਵਿੱਚ। ਆਰਥਿਕਤਾ ਵਿੱਚ ਹੋ ਰਿਹਾ, ਸਮਾਜ ਵਿੱਚ ਹੋ ਰਿਹਾ, ਸ਼ਾਸਤਰ 'ਚ ਹੋ ਰਿਹਾ, ਅਤੇ ਤੁਸੀਂ ਕਹੋ ਕਿ ਸਭ ਕੁਛ ਹੋ ਜਾਏ ਔਰ ਇਹਦਾ ਪ੍ਰਭਾਵ ਮੇਰੇ ਪਰਿਵਾਰ 'ਤੇ ਨਾ ਪਏ ਜਾਂ ਐਜੂਕੇਸ਼ਨ ਅਦਾਰਿਆਂ 'ਤੇ ਨਾ ਪਏ, ਅਤੇ ਇਹ ਸੰਭਵ ਨਹੀਂ ਹੋ। ਇਹਦਾ ਇੱਕੋ ਇੱਕ ਮੈਨੂੰ ਲੱਗਦਾ ਕਿ ਜੇ ਕੋਈ ਹੱਲ ਹੈ ਤਾਂ ਉਹ ਜਿਸ ਤਰ੍ਹਾਂ ਇਹ ਆਪਣੇ ਰਾਜ ਸਾਹਿਬ ਵੀ ਕਹਿ ਰਹੇ ਸੀਗੇ, ਗੁਰੂ ਸਾਹਿਬ ਵੀ ਜ਼ਿਕਰ ਕਰ ਰਹੇ ਸੀਗੇ ਕਿ ਸਾਰਿਆਂ ਨੂੰ ਰਲ ਮਿਲ ਕੇ ਯਤਨ ਤਾਂ ਇਹ ਕਰਨਾ ਚਾਹੀਦਾ ਵੀ ਕਮਿਊਨਿਟੀ ਕੀ ਕਰੇ ਕੁਲੈਕਟਿਵ ਤੌਰ। ਤੁਹਾਨੂੰ ਪਤਾ ਕਿ ਪਹਿਲਾਂ ਸਾਡੇ ਸਕੂਲ ਹੁੰਦੇ ਸੀ, ਸਿੰਘ ਸਭਾਵਾਂ ਸਕੂਲ ਚਲਾਉਂਦੀਆਂ ਸੀ, ਗੁਰਦੁਆਰਿਆਂ ਦੇ ਨਾਲ ਸਕੂਲ ਚੱਲਦੇ ਸੀਗੇ, ਨੋ ਪ੍ਰੋਫਿਟ ਨੂੰ ਲਾਸ ਦੇ ਤੌਰ 'ਤੇ ਹੁੰਦਾ ਸੀਗਾ। ਅੱਜ ਇਹ ਗੱਲ ਨਹੀਂ, ਅੱਜ ਐਜੂਕੇਸ਼ਨ ਸੋਰਸ ਆਫ ਇਨਕਮ ਬਣ ਗਿਆ ਹੋਇਆ, ਸੋਰਸ ਆਫ ਇਨਕਮ ਬਣ ਗਿਆ ਹੋਇਆ। ਪਰ ਮੈਂ ਸਮਝਦਾ ਕਿ ਜੇ ਅਨਪੜ੍ਹਤਾ ਸਾਡੇ ਵਿੱਚ ਹੈ ਤਾਂ ਉਹ ਅਨਪੜ੍ਹਤਾ ਦੂਰ ਕਰਨ ਦੀ ਜ਼ਿੰਮੇਵਾਰੀ ਕੁਲੈਕਟਿਵਲੀ ਸਾਨੂੰ ਹੀ ਲੈਣੀ ਪੈਣੀ, ਅਤੇ ਸਾਨੂੰ ਲੈਣੀ ਪੈਣੀ, ਅਤੇ ਉਹਦਾ ਇੱਕੋ ਇੱਕ ਹੱਲ ਤਾਂ ਇਹੀ ਹੈ ਕਿ ਜਿਹੜੀਆਂ ਸੰਸਥਾਵਾਂ ਹਨ, ਜਿੰਨੇ ਵੀ ਗੁਰਦੁਆਰਾ ਸਾਹਿਬਾਨ ਹਨ, ਜਿੰਨੀਆਂ ਸੰਸਥਾਵਾਂ ਹਨ, ਉਹਨਾਂ ਨੂੰ ਅੱਛੀ ਐਜੂਕੇਸ਼ਨ ਤਾਲੀਮ ਬੱਚਿਆਂ ਨੂੰ ਦੇਣ ਵਾਸਤੇ ਉੱਦਮ ਉਪਰਾਲੇ ਕਰਨੇ ਪੈਣੇ ਨੇ। ਅਤੇ ਕੋਈ ਹੱਲ ਨਹੀਂ ਜੇ ਤੁਸੀਂ ਇੰਡੀਵਿਜੁਅਲ 'ਤੇ ਛੱਡ ਦਿਓਗੇ, ਤਾਂ ਉਹ ਪ੍ਰੋਫਿਟ ਮੋਟਿਵ ਨਾਲ ਚੱਲਣਾ ਹੀ ਚੱਲਣਾ। ਜੇ ਸਰਕਾਰੀ ਸਕੂਲਾਂ ਦੀ ਗੱਲ ਕਰੋਗੇ ਤਾਂ ਉਹਦੇ ਵਾਸਤੇ ਵਿਸ਼ਕ ਅਸੀਂ ਇਹੀ ਕਰ ਸਕਦੇ ਹਾਂ ਕਿ ਭਾਈ ਸਰਕਾਰੀ ਸਕੂਲਾਂ ਨੂੰ ਬਿਹਤਰ ਸਕੂਲ ਬਣਾਓ, ਮੰਗ ਹੀ ਕਰ ਸਕਦੇ ਨੇ, ਬਿਹਤਰ ਸਕੂਲ ਉਹਨਾਂ ਨੂੰ ਬਣਾਓ, ਐਜੂਕੇਸ਼ਨ 'ਤੇ ਜ਼ਿਆਦਾ ਪੈਸਾ ਖਰਚੋ ਤਾਂ ਕਿ ਅਸੀਂ ਬੈਟਰ ਐਜੂਕੇਸ਼ਨ, ਆਮ ਐਜੂਕੇਸ਼ਨ ਦੇ ਸਕੀਏ। ਹੁਣ ਜਦੋਂ ਆਮ ਐਜੂਕੇਸ਼ਨ ਅਸੀਂ ਬੈਟਰ ਦੇ ਨਹੀਂ ਸਕਦੇ ਅਤੇ ਪ੍ਰਾਈਵੇਟ ਐਜੂਕੇਸ਼ਨ ਦਿੱਤੀ ਜਾਣੀ ਆ, ਉੱਥੇ ਅਸੀਂ ਅਫੋਰਡ ਨਹੀਂ ਕਰ ਸਕਦੇ, ਅਤੇ ਹੱਲ ਸਿਰਫ ਅਤੇ ਸਿਰਫ ਇਹ ਹੈ ਕਿ ਜੋ ਸਾਡੇ ਅਦਾਰੇ, ਚਾਹੇ ਉਹ ਗੁਰਦੁਆਰਾ ਸਾਹਿਬਾਨ ਹੋਣ, ਹੋਰ ਸੰਸਥਾਵਾਂ ਹੋਣ, ਉਹ ਕੀ ਕੰਟਰੀਬਿਊਟ ਕਰ ਸਕਦੇ ਆ, ਇਹਦੇ ਬਾਰੇ ਸੋਚਿਆ ਜਾ ਸਕਦਾ। ਗੱਲਾਂ ਹੋਰ ਵੀ ਬਹੁਤ ਹੋ ਸਕਦੀਆਂ, ਮੈਨੂੰ ਲੱਗਦਾ ਇਹ ਗੱਲਾਂ ਸਿਆਣੀਆਂ ਕਰਨੀਆਂ ਸੌਖੀਆਂ ਬੜੀਆਂ, ਕੰਮ ਕਰਨਾ ਬੜਾ ਹੀ ਔਖਾ ਹੁੰਦਾ, ਇਸ ਕਰਕੇ ਮੈਨੂੰ ਲੱਗਦਾ ਕਿ ਇੱਥੇ ਹੀ ਗੱਲ ਸਥਾਪਿਤ ਕਰ ਦਿੱਤੀ ਜਾਵੇ, ਚੰਗੀ ਹੈ। ਬਾਕੀ ਗੱਲਾਂ ਲੰਗਰ ਖਾਂਦੇ ਆਪਾਂ ਕਰ ਲਵਾਂਗੇ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਾਹਿਬ ਦਾ ਰੋਲ ਕੀ ਹੋਣਾ ਚਾਹੀਦਾ। ਅਸੀਂ ਵੀ ਆਪਣੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਇਹੀ ਲੋਕਾਂ ਨੂੰ ਕਹੀ ਜਾ ਰਹੇ ਹਾਂ ਕਿ ਮਿਹਰਬਾਨੀ ਕਰਕੇ ਗੁਰਦੁਆਰਿਆਂ ਨੂੰ ਸਿਰਫ ਇੱਕ ਪੂਜਾ ਦਾ ਸਥਾਨ ਮਤ ਬਣਾਓ। ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਉੱਥੇ, ਇਹ ਜਿਹੜੇ ਵਿਚਾਰ ਨੇ ਛੋਟਿਆਂ ਨਾਲ ਆਪਣੇ ਜਿਹੜੇ ਨਵੀਂ ਪਨੀਰੀ ਹੈ ਸਾਡੀ, ਇੱਕ ਗੱਲ ਸੱਜਣ ਨੇ ਮੈਨੂੰ ਦੱਸੀ ਸੀ ਬੜੀ ਵਧੀਆ, ਜਰੂਸਲਮ ਗਿਆ, ਉੱਥੇ ਯਹੂਦੀ ਜਿਹੜੇ ਨੇ, ਉੱਥੇ ਜਿਹੜਾ ਚੀਫ ਰੈਬਾਈ ਸੀ ਉਹਨਾਂ ਨੂੰ ਮਿਲ ਕੇ ਉਹ ਕਹਿੰਦਾ ਜੀ ਮੈਂ ਜਾ ਰਿਹਾ ਇੱਕ, ਮੈਂ ਚੱਲਿਆ ਹੁਣ ਮੀਟਿੰਗ ਤੋਂ ਬਾਅਦ। ਕਹਿੰਦੇ ਕਿੱਥੇ ਚੱਲੇ ਹੋ? ਕਹਿੰਦੇ ਜੀ ਇੱਕ ਵੱਡਾ ਹਾਲ ਹੈ, ਉੱਥੇ ਸਾਡੇ ਵਿਚਾਰ ਵਿਪਾਨਰ ਹੋ ਰਿਹਾ ਜਵਾਕਾਂ ਨਾਲ, ਅਤੇ ਸ਼ਾਮ ਦਾ ਵੇਲਾ ਸੀਗਾ। ਕਹਿੰਦੇ ਜੀ ਕਿੰਨਾ ਚਿਰ ਚੱਲਣਾ? ਕਹਿੰਦੇ ਜੀ ਕੋਈ ਪਤਾ ਨਹੀਂ, 2 ਘੰਟੇ 4-6 ਜਿੰਨਾ ਵੀ ਜਵਾਕ ਲੀਡਰ ਬਹਿ ਜਾਣ। ਉੱਥੇ ਗਿਆ ਵੱਡੇ ਹਾਲ ਦੇ ਵਿੱਚ, ਕੁਰਸੀਆਂ 2 ਲੱਗੀਆਂ, ਇੱਕ ਮੇਜ਼, ਆਮਦੇ ਸਾਹਮਣੇ ਕੁਰਸੀਆਂ ਲੱਗੀਆਂ ਹੋਈਆਂ। ਉਹਨਾਂ ਦਾ ਜਿਹੜਾ ਧਾਰਮਿਕ ਗ੍ਰੰਥ ਹੈ ਤੋਰਾ ਉਹ ਵਿਚਕਾਰ ਪਿਆ ਸੀਗਾ, ਅਤੇ ਇੱਕ ਪਾਸੇ ਇੱਕ ਛੋਟਾ ਬੱਚਾ ਅਤੇ ਦੂਜੇ ਪਾਸੇ ਇੱਕ ਬਜ਼ੁਰਗ ਸਿਆਣਾ ਬੱਚਾ। ਨੋਟ ਨੈਸੈਸਰੀ ਕਿ ਕੋਈ ਰਿਲੇਟਿਡ ਸੀਗੇ ਆਪਸ ਵਿੱਚ, ਬਟ ਉਹ ਬੱਚਾ ਉਹਨੂੰ ਸਵਾਲ ਪੁੱਛ ਰਿਹਾ ਅਤੇ ਉਹ ਉਹਨੂੰ ਜਵਾਬ ਦੇ ਰਿਹਾ, ਇਹ ਉਹਨਾਂ ਦੀ ਆਪਸ ਵਿੱਚ, ਅਤੇ ਇਹ ਆਪ ਉੱਥੇ ਚੱਲਦਾ। ਸੋ ਇਹ ਜਿਹੜੀ ਸਿੱਖਿਆ ਨਾ, ਇਹ ਸਾਨੂੰ ਵੀ ਮਤਲਬ ਜਿੱਦਾਂ ਇਹਨਾਂ ਨੇ ਕਿਹਾ ਕਿ ਗੁਰਦੁਆਰੇ ਨੂੰ ਇੱਕ ਅਸੀਂ ਸਥਾਨ ਲੈ ਕੇ ਅਤੇ ਇੱਥੇ ਸ਼ੁਰੂ ਕਰ ਦੇਣਾ ਚਾਹੀਦਾ, ਇਹ ਬੜੀ ਵਧੀਆ ਗੱਲ ਹੈ। ਕਿਉਂਕਿ ਜਿਹੜੇ ਸਾਡੇ ਜਵਾਨਾਂ ਦੇ ਵਿੱਚ ਅੱਜ ਦੇ ਦੌਰ ਦੇ ਮੁਤਾਬਕ ਜੋ ਵੀ ਇਹਨਾਂ ਦੇ ਸੋਚਾਂ ਚੱਲ ਰਹੀਆਂ ਨੇ, ਜੋ ਵੀ ਇਹਨਾਂ ਨੂੰ ਜਵਾਬ ਚਾਹੀਦੇ ਨੇ, ਉਹ ਸਾਡੇ ਜਿਹੜੇ ਸਿਆਣੇ ਨੇ
दे सकन ये सियाण बेनती है कि उन्होंने टाइम कड़ना जरा जरूरी है। वो अपना जब इन्होंने 3 महीने उ मेलबर्न गुरुद्वारे साहब के जाके अपना टाइम कटिया योजा काम मेरे ख्याल है सीनियर्स हूँ अपने सिर पर लै लेना चाहिए। हूँ मैं बेनती कराँगा अखीर वोट ऑफ थैंक्स डॉक्टर प्रभजोत कौर वो थोड़े सामने देंगे। सॉरी उस तो पहला असी जेड़े भी अपने डॉक्टर केर सिंह एक सेट ऑफ बुक्स इंस्टीट्यूट ऑफ सिख स्टडीज दिया ते वन प्लांट सैपलिंग प्रेजेंट कर दें जी। स्पीकर से भी गिफ्ट ने जी जेड़े स्पीकर से ओ प्लीज आके ले जान डॉक्टर मेहरबान सिंह प्लीज आओ सैपलिंग भी देना डॉक्टर कृपाल सिंह जी सैपलिंग भी जाए प्रोफेसर अश्विनी कुमार बैठे ने जी डॉक्टर रजिंदरजीत कौर ढींसा जी प्रोफेसर बलविंदर पाल सिंह जी सॉरी साढ़े पहले स्पीकर डॉक्टर मदनजीत कौर जी बैठे ने चले चले गए। अच्छा जी अमनजीत सिंह अरिंदीत सिंह सॉरी मैडम साहबा जी इन्हों भी एक तोहफा दौ जी इन्होंने इस सैमीनार की ऑर्गेनाइजेशन बखूबी अपना हिस्सा निभाया है। ਤੁਸੀਂ ਉੱਪਰ ਆ ਜਾਓਗੇ ਤੁਹਾਡੇ ਤਸਵੀਰ ਤੁਹਾਡੇ ਨਾਲ ਆ ਜਾਏਗੀ ਅੱਛਾ 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 बंदे थोड़े ज्यादा चुस्त ने मैडम अमृत कौर आना रह गया जी ये बहुत मैं तो वोट ऑफ थैंक्स भी करना है जी आओ जी आओ
ਤੁਸੀਂ ਮੋਟਾ ਥੈਂਕਸ ਕਰਨਾ ਨਾ ਮੈਂ ਵੀ ਕਰਨਾ ਤੁਸੀਂ ਕਮੈਂਟ ਲਈ ਸਰ ਆਜੋ ਕਿੱਥੋਂ ਆਜੋ ਆ ਠੀਕ ਹੈ ਮੈਂ ਮੋਟਾ ਥੈਂਕਸ ਪਹਿਲਾਂ ਕਰਨਾ ਜੀ ਸਿਰਫ ਇੱਕ ਮਿੰਟ ਬੋਲੂੰਗੀ ਜ਼ਿਆਦਾ ਨਹੀਂ ਜਦੋਂ ਮੈਂ ਬੀਐਡ ਕਰ ਰਹੀ ਸੀ 1960 ਚ ਉਦੋਂ ਮੇਰੇ ਮਨ 'ਚ ਜਦੋਂ ਮੈਂ ਰਾਈਟਰਸ ਪੜ੍ਹ ਰਹੀ ਸੀ ਐਜੂਕੇਸ਼ਨ ਹਿਸਟਰੀ ਇੱਕ ਸਵਾਲ ਪੈਦਾ ਹੋਇਆ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਵੀ ਕੋਈ ਸਿੱਖਿਆ ਦਰਸ਼ਨ ਹੈ ਇਹ ਸਵਾਲ ਮੈਂ ਆਪਣੇ ਪਿਤਾ ਜੀ ਨੂੰ ਕੀਤਾ ਪ੍ਰੋਫੈਸਰ ਹਰਨਾਮ ਦਾਸ ਜੀ ਨੂੰ ਉਹਨਾਂ ਨੇ ਮੈਨੂੰ ਗੁਰੂ ਸਾਹਿਬਾਨ ਦੀਆਂ ਤੁੱਕਾਂ ਸੁਣਾਈਆਂ ਪੜ ਪੜ ਗੱਡੀ ਲੱਗੀ ਲੱਦੀ ਏ ਵਿਦਿਆ ਵਿਚਾਰੀ ਪਰਉਪਕਾਰੀ ਪੜ੍ਹਿਆ ਹੁਣ ਖਾਕੀਏ ਜਿਸ ਰੱਬ ਨੂੰ ਹੁਣ ਸਾਡੇ ਪ੍ਰਿੰਸੀਪਲ ਹੁੰਦੇ ਸੀ ਬੀਐਡ ਕਾਲਜ ਦੇ ਡਾਕਟਰ ਰੋਸ਼ਨ ਲਾਲ ਹੁੰਦਾ ਗੁਰਪੁਰਬ ਮਨਾਇਆ ਅਤੇ ਉਸ 'ਤੇ ਮੈਂ ਇਹ ਵਿਸ਼ੇ 'ਤੇ ਬੋਲੀ ਉਹ ਬੜੇ ਖੁਸ਼ ਹੋਏ ਕਹਿਣ ਲੱਗੇ ਬੇਟਾ ਤੂੰ ਅੱਗੇ ਜਾ ਕੇ ਇਸ ਵਿਸ਼ੇ 'ਤੇ ਕੰਮ ਕਰਨਾ ਹੈ ਸੋ 1969 ਦੇ ਵਿੱਚ 1969 'ਚ ਮੈਂ ਐਜੂਕੇਸ਼ਨਲ ਫਿਲਾਸਫੀ ਆਫ ਗੁਰੂ ਨਾਨਕ ਦੇਵ ਜੀ 'ਤੇ ਕੰਮ ਕੀਤਾ ਇਹ ਕਿਤਾਬ ਛਪ ਚੁੱਕੀ ਹੈ ਲੋਕ ਗੀਤ ਪ੍ਰਕਾਸ਼ਨ ਵੱਲੋਂ ਫਿਰ ਇਹਦਾ ਪੰਜਾਬੀ 'ਚ ਅਨੁਵਾਦ ਕੀਤਾ ਗੁਰੂ ਨਾਨਕ ਦੇਵ ਜੀ ਦਾ ਸਿੱਖਿਆ ਦਰਸ਼ਨ ਉਹਦੇ ਬਾਅਦ PhD ਕੀਤੀ ਐਜੂਕੇਸ਼ਨਲ ਫਿਲਾਸਫੀ ਆਫ ਦਾ ਸਿੱਖ ਗੁਰੂ ਅਤੇ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਵੀ ਜਿਵੇਂ ਮੇਰਾ ਜੀਵਨ ਦਾ ਇੱਕ ਮੰਤਵ ਸੀ ਸਿੱਖ ਗੁਰੂਆਂ ਦਾ ਵਿਦਿਅਕ ਦਰਸ਼ਨ ਨੂੰ ਅੱਗੇ ਲੈ ਕੇ ਆ ਰਹਾ ਇਸ ਸਪੀਡ 'ਚ ਮੇਰੀਆਂ ਦੋ ਕਿਤਾਬਾਂ ਹਿੰਦੀ ਅਤੇ ਪੰਜਾਬੀ 'ਚ ਹੋਰ ਵੀ ਹੈਗੀਆਂ ਜਿਨ੍ਹਾਂ 'ਚ ਦਸਾਂ ਗੁਰੂਆਂ ਦਾ ਵਿਦਿਆ ਦਰਸ਼ਨ ਦਿੱਤਾ ਹੋਇਆ ਸਿੱਖ ਗੁਰੂਆਂ ਦੀ ਵਿਦਿਅਕ ਦੇ ਇਹਨੂੰ ਭਾਸ਼ਾ ਵਿਭਾਗ ਵੱਲੋਂ ਇਨਾਮ ਵੀ ਮਿਲਿਆ ਗੁਰਬਖਸ਼ ਸਿੰਘ ਪ੍ਰੀਤਲਹਿਰੀ ਹਿੰਦੀ 'ਚ ਵੀ ਹੈ ਇਹ ਕਿਤਾਬ ਸਿੱਖ ਗੁਰੂ ਦੀ ਸ਼ੈਕਸ਼ਣਿਕ ਦੇਣ ਅਤੇ ਮੈਨੂੰ ਕੱਲ੍ਹ ਦਾ ਲੱਗ ਰਿਹਾ ਹੈ ਵੀ ਜਿਹੜੇ ਮੇਰੇ ਜੀਵਨ ਦਾ ਇੱਕ ਮੰਤਵ ਸੀ ਸਿੱਖ ਗੁਰੂਆਂ ਨੂੰ ਸਿੱਖਿਆ ਸ਼ਾਸਤਰੀ ਸਿੱਧ ਕਰਨਾ ਉਹ ਅੱਜ ਪੂਰਾ ਹੋ ਗਿਆ ਵਿਦਵਾਨਾਂ ਦਾ ਧਿਆਨ ਇਸ ਦਿਸ਼ਾ ਦੇ ਉੱਪਰ ਹੈ ਔਰ ਅੱਗੇ ਵੀ ਜਾਏਗਾ ਪਿਛਲੇ ਸਾਲ ਖਾਲਸਾ ਕਾਲਜ ਪਟਿਆਲਾ ਵਾਲਿਆਂ ਨੇ ਵੀ ਇੱਕ ਸੈਮੀਨਾਰ ਕੀਤਾ ਸੀ ਉਹਨਾਂ ਨੇ ਆਪਣੀ ਗੋਲਡਨ ਜੁਬਲੀ 'ਤੇ ਸਿੱਖਿਆ ਗੁਰੂ ਵਿਚਾਰ ਅਤੇ ਉਹਨਾਂ ਨੇ ਮੈਨੂੰ ਇਸ ਵਿਸ਼ੇ 'ਤੇ ਬੋਲਣ ਲਈ ਬੁਲਾਇਆ ਸੀ ਮੈਂ ਸਿੱਖਿਆ ਦਰਸ਼ਨ 'ਤੇ ਹੀ ਬੋਲੀ ਸੀ ਸੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਹੈ ਇੱਥੇ ਆ ਕੇ ਅਤੇ ਮੈਨੂੰ ਇਹ ਵੀ ਚੰਗਾ ਲੱਗ ਰਿਹਾ ਕਿ ਮੈਂ ਇਸ ਸੰਸਥਾ ਦੇ ਨਾਲ ਮੈਂ ਡਾਕਟਰ ਪ੍ਰਭੂਧਕਰ ਗੁਰਾ ਨੂੰ ਬੇਨਤੀ ਕਰਾਂਗੀ ਕਿ ਉਹ ਮੈਨੂੰ ਇਸ ਦੇ ਨਾਲ ਜ਼ਰੂਰ ਜੋੜੀ ਰੱਖਣ ਤਾਂ ਕਿ ਅੱਗੇ ਤੋਂ ਵੀ ਮੈਂ ਇਸ ਦਾ ਲਾਭ ਉਠਾ ਸਕਾਂ ਇੰਨੇ ਵਧੀਆ ਲੋਕਾਂ ਨੂੰ ਮਿਲੀ ਰਿਟਾਇਰਡ ਬੰਦੇ ਘਰ ਤੱਕ ਸੀਮਤ ਰਹਿ ਜਾਂਦੇ ਨੇ ਲਿਖਣ ਪੜ੍ਹਨ ਦਾ ਕੰਮ ਤਾਂ ਚੱਲ ਰਿਹਾ ਹੈ ਪਰ ਫਿਰ ਵੀ ਇਹੋ ਜਿਹੇ ਸੈਮੀਨਾਰ 'ਚ ਆ ਕੇ ਬੋਲਣਾ ਮਿਲਣਾ ਬੈਠਣਾ ਬਹੁਤ ਵਧੀਆ ਲੱਗਦਾ ਹੈ ਔਰ ਬਜ਼ੁਰਗ ਬੰਦੇ ਜਿਹੜੇ ਨੇ ਨਾ ਉਹ ਵਿਹਲੇ ਕਦੇ ਰਹਿਣਾ ਹੀ ਨਹੀਂ ਚਾਹੀਦਾ ਉਹਨਾਂ ਨੂੰ ਮੇਰਾ ਇੱਕ ਜਿਹੜਾ ਹੈ ਅਗਰ ਸੁੱਖੀ ਬੁਢਾਪਾ ਗੁਜ਼ਾਰਨਾ ਹੈ ਕੰਮ ਕਰਦੇ ਰਹਿਣਾ ਚਾਹੀਦਾ ਹੈ ਗੁਰਮੁਖ ਬੁੱਢੇ ਕਦੇ ਨਾ ਹੀ ਜਿੰਨਾ ਅੰਤਰ ਸੁਰਤ ਸੋ ਜਿਹੜੇ ਵੀ ਬਜ਼ੁਰਗ ਨੇ ਉਹ ਇਸ ਖੇਤਰ 'ਚ ਜ਼ਰੂਰ ਕੰਮ ਕਰਦੇ ਇੱਕ ਹੋਰ ਸੱਜਣ ਨੇ ਜੀ ਆਓ ਜੀ ਸਹਿੰਦਰ ਸਿੰਘ ਜੀ ਤੁਸੀਂ ਆਪਣੇ ਭੇਜੇ ਸੀਗੇ ਇਹਨਾਂ ਨੂੰ ਵੀ ਜੀ ਉਹ ਕਿਤਾਬ ਦੇ ਦੀਏ ਆਓ ਜੀ ਆਓ ਜੀ ਅੱਗੇ ਅੱਗੇ ਆਪਣੇ ਵਿਚਾਰ ਦੇਣੇ ਜਿਹੜੇ ਕਿਸੇ ਉਹਨੇ ਆਪਣੇ ਲਾਈਫ ਦੇ ਵਿੱਚ ਕਈ ਤਰ੍ਹਾਂ ਦੀ ਜ਼ਿੰਦਗੀ ਦੇਖੀ ਹੁੰਦੀ ਆਪਣੇ ਵਿਚਾਰ ਦੇਣੇ ਬੜੇ ਇੰਪੋਰਟੈਂਟ ਨੇ ਨਾਲ ਕਿ ਕਲੈਕਟ ਕੁਛ ਆਦਮੀਆਂ ਨੇ ਕਲੈਕਟ ਕਰ ਲਿਆ ਉਹਨਾਂ ਨੂੰ ਸਪੀਕ ਕਰ ਲਿਆ ਆਈ ਥਿੰਕ ਆਈ ਵੁੱਡ ਐਪਰੀਸ਼ੀਏਟ ਅਗਰ ਤੁਸੀਂ ਵੀ ਇੱਦਾਂ ਦੇ ਕੋਈ ਪੈਨ ਇਹਨਾਂ ਨੂੰ ਦਿਓ ਕਿ ਨੋ ਵਨ ਇਜ਼ ਨੋ ਇੰਸਟੀਟਿਊਟ ਇਜ਼ ਪਰਫੈਕਟ ਆਲਵੇਜ਼ ਗੈਟ ਫੀਡਬੈਕ ਸੋ ਖੁਸ਼ਹਾਲ
ਸਾਹਮਣੇ ਦੇਖੋ ਤੁਹਾਡੇ ਤੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦੇ ਪ੍ਰਿੰਸੀਪਲ ਨੇ ਹਿੰਦੀ ਸ੍ਰੀ ਗੁਰੂ ਸਿੰਘ ਸਭਾ ਹਾਈ ਸੈਕਟਰ ਪਲਾਟ ਨੰਬਰ 1 ਵਿੱਚ ਬਹੁਤ ਵੱਡਾ ਸਹਿਯੋਗ ਹੁਣ ਮੈਂ ਬੇਨਤੀ ਕਰਦਾ ਡਾਕਟਰ ਪ੍ਰਜੋਤ ਕੌਰ ਨੂੰ ਸਾਡੇ ਪ੍ਰੈਜ਼ੀਡੈਂਟ ਆਫ ਦੀ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਉਹ ਆ ਕੇ ਵੋਟ ਆਫ ਥੈਂਕਸ ਦੇਣਗੇ ਜੀ ਇਸ ਤੋਂ ਬਾਅਦ ਲੰਗਰ ਤਿਆਰ ਹੈ ਬਹੁਤ ਸਮਾਨਾ ਹੀ ਲਵਾਂਗੀ ਤੁਹਾਡੇ ਔਰ ਲੰਗਰ ਦੇ ਦਰਮਿਆਨ ਨਹੀਂ ਖੜੀ ਹੋਵਾਂਗੀ ਮੇਰਾ ਬਹੁਤ ਬਹੁਤ ਮਨੋਂ ਧੰਨਵਾਦ ਤੁਹਾਡੇ ਸਾਰਿਆਂ ਦਾ ਤੁਹਾਡੇ ਸਾਰਿਆਂ ਦੇ ਆਉਣ ਨਾਲ ਸਾਡਾ ਹੌਸਲਾ ਵਧਿਆ ਇਹ ਪੇਪਰ ਪੜ੍ਹਨ ਦਾ ਅਤੇ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਜੇ ਸੰਗਤ ਤੱਕ ਪਹੁੰਚਣ ਨਾ ਤਾਂ ਤੁਸੀਂ ਸਾਰੇ ਆਏ ਇੰਨਾ ਟਾਈਮ ਬੈਠੇ ਬਹੁਤ ਬਹੁਤ ਸ਼ੁਕਰੀਆ ਮੈਂ ਹੋਰ ਸੰਸਥਾਵਾਂ ਸਭ ਖੁਸ਼ਹਾਲ ਸਿੰਘ ਜੀ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਦੇ ਗੁਰਦੁਆਰਾ ਸਾਹਿਬ ਸੈਕਟਰ 34 ਗੁਰਦੁਆਰਾ ਸਾਹਿਬ ਨਾਢਾ ਸਾਹਿਬ ਅਤੇ ਹੋਰ ਸਮੂਹ ਜਿਨ੍ਹਾਂ ਨੇ ਸਾਡੇ ਇਸ ਤੇ ਇੰਸਟੀਚਿਊਟ ਦਾ ਸਟਾਫ ਤੇ ਹੈ ਹੀ ਹੈ ਉਹ ਤੇ ਸਾਡਾ ਪਾਰਟ ਨੇ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਸਪੀਕਰ ਐਂਡ ਡਾਕਟਰ ਕੇ ਸਿੰਘ ਜੀ ਡਾਕਟਰ ਖੀਸਾ ਜਿਹੜੇ ਜਲੰਧਰ ਤੋਂ ਸਪੈਸ਼ਲੀ ਆਏ ਨੇ ਪੇਪਰ ਪੜ੍ਹਨ ਲਈ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਹਮੇਸ਼ਾ ਅਤੇ ਹਮੇਸ਼ਾ ਲਈ ਇੱਦਾਂ ਸਾਡੇ ਨਾਲ ਜੁੜੇ ਰਹਿਣਗੇ ਡਾਕਟਰ ਅੰਮ੍ਰਿਤ ਕੌਰ ਰਾਇਣਾ ਜੀ ਤੁਹਾਨੂੰ ਇਹ ਤੁਸੀਂ ਜੁੜੇ ਹੋਏ ਹੋ ਇਸ ਸੰਸਥਾ ਦੇ ਨਾਲ ਸੋ ਇਹ ਆਪਣੇ ਆਪ ਨੂੰ ਅੱਜ ਸਮਝਣ ਦੀ ਲੋੜ ਨਹੀਂ ਆਲਵੇਜ਼ ਵੈਲਕਮ ਐਂਡ ਅਸੀਂ ਕੱਲ੍ਹ ਇਨਫੋਰਮਲੀ ਵਿਚਾਰ ਬਣਾ ਰਹੇ ਸੀ ਕਿ ਐਜੂਕੇਸ਼ਨ ਦੇ ਵਿਸ਼ੇ 'ਤੇ ਜਿਹੜਾ ਅਸੀਂ ਸੈਮੀਨਾਰ ਆਰੰਭਿਆ ਇਹ ਮੈਂ ਹਾਲੇ ਆਪਣੇ ਸਾਥੀਆਂ ਦੀ ਪ੍ਰਵਾਨਗੀ ਤਾਂ ਨਹੀਂ ਲਈ ਇੰਸਟੀਚਿਊਟ ਦੇ ਮੈਂਬਰਸ ਦੀ ਵੀ ਅਗਲਾ ਇੱਕ ਸਾਲ ਅਸੀਂ ਹੋਰ ਇੱਕ ਦੋ ਐਸੇ ਪ੍ਰੋਗਰਾਮ ਕਰੀਏ ਜਿੱਥੇ ਅਸੀਂ ਯੂਥ ਲਈ ਸਪੈਸ਼ਲੀ ਕਰੀਏ ਵਨ ਕਾਨਫਰੰਸ ਸ਼ੁੱਡ ਓਨਲੀ ਬੀ ਫੋਰ ਦਾ ਯੂਥ ਜਿਹੜਾ ਅਸੀਂ ਕਮੀ ਮਹਿਸੂਸ ਕਰ ਰਹੇ ਹਾਂ ਵੱਡੇ ਆਉਣ ਅਤੇ ਮੋਸਟ ਵੈਲਕਮ ਆਉਣ ਅਤੇ ਗਾਈਡ ਕਰਨ ਪਰ ਅਸੀਂ ਯੂਥ ਓਰੀਐਂਟਡ ਇੱਕ ਕਾਨਫਰੰਸ ਕਰੀਏ ਇੱਕ ਦੋ ਸੰਸਥਾਵਾਂ ਦੇ ਨਾਲ ਮਿਲ ਕੇ ਸੋ ਇਹ ਅਸੀਂ ਸਲਾਹ ਕਰਾਂਗੇ ਜੇ ਕਿਸੇ ਤਰ੍ਹਾਂ ਇਹ ਬਣ ਸਕਿਆ ਸਹੀ ਸਬੱਬ ਬਣ ਸਕਿਆ ਅਤੇ ਸਾਡੀ ਇੱਛਾ ਹੈ ਕਿ ਕਰੀਏ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਹਰ ਕਾਨਫਰੰਸ 'ਤੇ ਹਰ ਸੈਮੀਨਾਰ 'ਤੇ ਸਾਡਾ ਹੌਸਲਾ ਵਧਾਉਂਦੇ ਰਹੋਗੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਤਿਆਰ ਹੈ ਅਸੀਂ ਉਹਨਾਂ 'ਤੇ ਲੰਗਰ 'ਤੇ ਇਨਫੋਰਮਲੀ ਵਿਚਾਰਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ